ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਡਾ ਲਾਭਪਾਤਰੀ ਸੰਪਰਕ ਅਭਿਆਨ ਚੱਲ ਰਿਹਾ। ਅਸੀਂ ਮੁਹੱਲਿਆਂ ਦੇ ਵਿੱਚ ਜਿਹੜੇ ਸੈਂਟਰ ਵੱਲੋਂ ਮਿਲੀਆਂ ਵੀਆਂ ਸਕੀਮਾਂ ਅਸੀਂ ਉਹਨਾਂ ਘਰਾਂ 'ਚ ਜਾ ਰਹੇ ਹਾਂ ਅਤੇ ਉਸ ਤਹਿਤ ਅਸੀਂ ਨਵੀਆਂ ਸਾਇਆਂ ਦੇ ਵਿੱਚ ਵੀ ਆਏ। ਜਦੋਂ ਅਸੀਂ ਇੱਥੇ ਪਹੁੰਚੇ ਜਿਹੜੇ ਲਾਭਪਾਤਰੀਆਂ ਸੀ ਉਹਨਾਂ ਨੂੰ ਮਿਲ ਰਹੇ ਤੇ ਤਾਂ ਉਹਨਾਂ ਨੇ ਇਸ ਮੁਹੱਲੇ ਦੇ ਵਿੱਚ ਜਿਹੜੀ ਗੰਭੀਰ ਸਮੱਸਿਆ ਉਹ ਬਿਜਲੀ ਦੇ ਤਾਰਾਂ ਦੀ ਹੈ ਜੀ, ਜਿਹੜੀ ਕਿ ਤੁਸੀਂ ਵੀ ਖੁਦ ਦੇਖ ਰਹੇ ਹੋ। ਇਹ ਤਾਰਾਂ ਇੰਨੀਆਂ ਨੀਵੀਆਂ ਕਿ ਅਗਰ ਕਿਸੇ ਟੈਂਪੂ ਨੇ ਲੰਘਣਾ ਹੁੰਦਾ ਤਾਂ ਉਹ ਟੈਂਪਰੇਰੀ ਤੌਰ 'ਤੇ ਉਹ ਕੋਈ ਲਾਠੀ ਲੈ ਕੇ ਉੱਪਰ ਨੂੰ ਕਰਕੇ ਤਾਂ ਉਹ ਟੈਂਪੂ ਲੰਘਦਾ। ਜਦੋਂ ਕੋਈ ਪੈਦਲ ਵੀ ਲੰਘ ਰਿਹਾ ਤਕਰੀਬਨ ਉਹ ਤਾਰਾਂ ਜਿਹੜੀਆਂ ਉਹ ਬੰਦੇ ਦੇ ਸਿਰ ਦੇ ਟੱਚ ਹੋਣ ਨੂੰ ਜਾਂਦੀਆਂ। ਕੱਲ੍ਹ ਨੂੰ ਕੋਈ ਮਿਸਹੈਪਨਿੰਗ ਹੋ ਜਾਵੇ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਏਗਾ? ਮੁਹੱਲੇ ਵਾਲਿਆਂ ਦੇ ਦੱਸਣ ਮੁਤਾਬਕ ਵੀ ਅਸੀਂ ਬਹੁਤ ਵਾਰ ਬਿਜਲੀ ਦਫ਼ਤਰ ਵੀ ਰਿਟਰਨ 'ਚ ਵੀ ਕੰਪਲੇਂਟ ਕਰ ਚੁੱਕੇ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਤੇ ਇਸੇ ਤਹਿਤ ਇਹਨਾਂ ਨੇ ਅਸੀਂ ਆਪਣਾ ਅਭਿਆਨ ਕਰ ਰਹੇ ਸੀ, ਇਹਨਾਂ ਨੇ ਸਾਨੂੰ ਬੁਲਾਇਆ, ਆਪਣੀ ਸਮੱਸਿਆ ਦੱਸੀ ਕਿ ਅਸੀਂ ਬਹੁਤ ਭਰੋਸਾ ਕਰੀਆਂ ਲੇਕਿਨ ਸਾਡੀ ਇਹ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਅਤੇ ਅਸੀਂ ਤੁਹਾਡੇ ਮਾਧਿਅਮ ਨਾਲ ਵੀ ਡਿਪਾਰਟਮੈਂਟ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਵਾਕਿਆ ਹੀ ਬਹੁਤ ਗੰਭੀਰ ਸਮੱਸਿਆ, ਇਹਨਾਂ ਜਲਦੀ ਤੋਂ ਜਲਦੀ ਜਿਹੜਾ ਹੈ ਹੱਲ ਕਰਿਆ ਜਾਵੇ। ਜਿਸ ਤਰ੍ਹਾਂ ਮੁਹੱਲੇ ਵਾਲਿਆਂ ਦੇ ਦੱਸਣ ਮੁਤਾਬਕ ਵੀ ਅਸੀਂ ਇਸ ਵਾਰਡ 'ਚ ਜਿਹੜੇ 2 MC ਪੈ ਜਾਂਦੇ ਹਾਂ ਅਤੇ ਅਸੀਂ ਦੋਨਾਂ ਨੂੰ ਵੀ ਅਪਰੋਚ ਕਰੀ ਹੈ ਅਤੇ ਮੈਂ ਤੁਹਾਡੇ ਮਾਧਿਅਮ ਨਾਲ ਉਹਨਾਂ MC ਸਾਹਿਬਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹੋਇਆ ਵੀ ਵਾਕਈ ਇਹ ਬਹੁਤ ਗੰਭੀਰ ਸਮੱਸਿਆ ਹੈ, ਇਸ ਪਹਿਲ ਦੇ ਆਧਾਰ 'ਤੇ ਇਸ ਸਮੱਸਿਆ ਨੂੰ ਹੱਲ ਕਰਾਓ। ਇਹ ਕੰਮ ਬਹੁਤਾ ਕੋਈ ਲੰਬਾ ਜੋੜਾ ਨਹੀਂ ਹੈ, ਤਾਰਾਂ ਦੀ ਖਿਚਾਈ ਕਰਕੇ ਅਗਰ ਤਾਂ ਖੰਭਾ ਲੱਗਣ ਵਾਲਾ ਤਾਂ ਖੰਭਾ ਲੱਗ ਜੂਗਾ, ਅਗਰ ਕਿਤੇ ਸਪੋਰਟ ਦੇ ਕੇ ਤਾਰ ਬੰਨੀਆਂ ਹੈ ਤਾਂ ਉਹ ਸਹੀ ਢੰਗ ਨਾਲ ਤਾਰਾਂ ਬੰਨੀਆਂ ਜਾਣ ਤਾਂ ਕਿ ਰਾਹਗੀਰਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਰਾਤ ਰੱਸੀ ਟੁੱਟ ਕੇ ਮੇਰੇ ਗੱਲ 'ਚ ਵੀ ਤਾਰਾਂ ਸਾਰੀ ਗੱਲ 'ਚ ਆਈਆਂ, ਜੇ ਕੋਈ ਬੰਦਾ ਲੰਘਦਾ ਉਹਨਾਂ ਅੱਗਾਂ 'ਚ ਪੈਂਦੀਆਂ ਤਾਰਾਂ ਦਿੱਤੀ ਆ ਉਹ ਲਿਖਾ ਕੇ ਸਾਰਿਆਂ ਦੇ ਸਾਈਨ ਕਰਾ ਕੇ ਉੱਥੇ ਬਿਜਲੀ ਦਫ਼ਤਰ 'ਚ ਐਪਲੀਕੇਸ਼ਨ ਦਿੱਤੀ ਆ, ਫਿਰ ਬੰਨ ਗਏ ਨੇ ਉਹਨਾਂ ਨੇ 4 ਦਿਨ ਦਾ ਟਾਈਮ ਦਿੱਤਾ, 4 ਦਿਨ ਤੋਂ ਬਾਅਦ ਫਿਰ ਉਹ ਆਇਆ ਨਹੀਂ, ਕੋਈ ਵੀ ਨਹੀਂ ਆਇਆ, ਕੋਈ ਵੀ ਆਉਣ ਤੋਂ ਬਾਅਦ ਫਿਰ ਇੱਦਾਂ ਹੀ ਸਾਡੀ ਮੰਗ ਇਹ ਆ ਵੀ ਇਹ ਤਾਰਾਂ ਨੂੰ ਚੰਗੀ ਤਰ੍ਹਾਂ ਬੰਨਿਆ ਜਾਵੇ, ਜਿਹੜਾ ਕੋਈ ਟੈਂਪੂ ਵਾਲਾ ਲੰਘਦਾ ਕੋਈ ਤਾਰ ਤੋੜ ਕੇ ਚਲੇ ਜਾਂਦਾ, ਮੁੜ ਕੇ ਫਿਰ ਸ਼ਿਕਾਇਤ ਘਰ 'ਚ ਜਾਈਦਾ, ਲੈਟ ਤਾਰਾਂ ਠੀਕ ਕਰਾਉਣ ਨੂੰ ਫਿਰ ਪਰੇਸ਼ਾਨੀ ਆ।